ਜਿ ਨਾਲ ਸੋਚਦੀ ਨੀ ਚੱਜ ਕਰਦੀ ਦੁਨੀਆ ਤਾਂ ਰੱਬ ਨੂੰ ਵੀ ਜੱਜ ਕਰਦੀ। ਕਰਨ ਔਜਲੇ ਵੱਲੋਂ ਆਪਣਾ ਨਵਾਂ ਗੀਤ ਪੁਆਇੰਟ ਆਫ ਵਿਊ ਰਿਲੀਜ਼ ਕਰ ਦਿੱਤਾ ਗਿਆ ਹੈ। ਕਰਨ ਔਜਲੇ ਦਾ ਇਹ ਗਾਣਾ ਇੰਗਲਿਸ਼ ਦੇ ਇੱਕ ਸੈਂਟੈਂਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਜੋ ਸੀ ਜਸਟ ਬਿਕੋਜ਼ ਯੂ ਆਰ ਰਾਈਟ ਡਜ਼ਨਟ ਮੀਨ ਆਈ ਐਮ ਰੋਂਗ, ਮਤਲਬ ਕਿ ਜੇਕਰ ਤੁਸੀਂ ਸਹੀ ਹੋ ਤਾਂ ਜ਼ਰੂਰੀ ਨਹੀਂ ਕਿ ਮੈਂ ਵੀ ਗਲਤ ਹੋਵਾਂ। ਇਸ ਸਭ ਨੂੰ ਬਿਆਨ ਕਰਦੀ ਹੈ ਗੀਤ ਦੇ ਪੋਸਟਰ 'ਤੇ ਲੱਗੀ ਤਸਵੀਰ, ਜਿਸ ਵਿੱਚ ਇੱਕ ਇਨਸਾਨ ਆਪਣੇ ਪੁਆਇੰਟ ਆਫ ਵਿਊ ਦੇ ਹਿਸਾਬ ਨਾਲ ਅੱਖਰ ਨੂੰ ਸਿਕਸ ਕਹਿ ਰਿਹਾ ਅਤੇ ਦੂਜਾ ਇਨਸਾਨ ਆਪਣੇ ਦੇਖਣ ਦੇ ਨਜ਼ਰੀਏ ਦੇ ਨਾਲ ਉਸਨੂੰ ਨੌ ਕਹਿ ਰਿਹਾ। ਆਪਣੇ ਹਿਸਾਬ ਨਾਲ ਦੋਨੋਂ ਸਹੀ ਨੇ, ਪਰ ਰੌਲਾ ਤਾਂ ਤਦ ਖਤਮ ਹੋ ਜਦ ਉਹ ਇੱਕ ਦੂਜੇ ਨੂੰ ਵੀ ਸਮਝਣ। ਇਸ ਗੀਤ ਦਾ ਇਕੱਲਾ ਇਕੱਲਾ ਬੋਲ ਦਿਲ ਨੂੰ ਟੱਚ ਕਰਦਾ ਹੈ, ਕਿਉਂਕਿ ਦਿਲੋਂ ਲਿਖੀ ਚੀਜ਼ ਦਿਲ ਤੱਕ ਜ਼ਰੂਰ ਜਾਂਦੀ ਹੈ। ਅਤੇ ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਇਸ ਗੀਤ ਦੇ ਸਭ ਤੋਂ ਲਾਸਟ ਵਾਲੇ ਪੈਰੇ ਦੀ, ਜਿਸ ਵਿੱਚ ਔਜਲਾ ਲਿਖਦਾ ਹੈ ਕਿ ਨਸ਼ਾ ਤੁਹਾਡੇ ਅੰਦਰ ਕੋਈ ਲੋੜ ਹੈ ਨਹੀਂ ਪੀਣ ਦੀ, ਪਿੱਠ ਕਦੇ ਲੱਗਦੀ ਨਹੀਂ ਨਾਮ ਦੇ ਸ਼ਕੀਨ ਦੀ, ਤੁਹਾਨੂੰ ਤੁਹਾਡੇ ਅੰਦਰੋਂ ਆਵਾਜ਼ ਸ਼ਾਇਦ ਆ ਜਾਵੇ। ਇਕੱਲੇ ਬਹਿ ਕੇ ਸੁਣੋ ਕਥਾ ਸੰਤ ਮਸਕੀਨ ਦੀ। ਤੁਹਾਨੂੰ ਤੁਹਾਡੇ ਅੰਦਰੋਂ ਆਵਾਜ਼ ਸ਼ਾਇਦ ਆ ਜਾਵੇ, ਹੈ ਇਕੱਲੇ ਬਹਿ ਕੇ ਸੁਣੋ ਕਥਾ ਸੰਤ ਮਸਕੀਨ ਦੀ। ਗੀਤ ਦੇ ਇਹਨਾਂ ਬੋਲਾਂ ਵਿੱਚ ਔਜਲਾ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਗੱਲ ਕਰ ਰਿਹਾ। ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰੱਖਤੀ ਹੈ, ਪਰ ਨਹੀਂ ਤਾਕਤ ਪਰਵਾਜ਼ ਮਗਰ ਰੱਖਦੀ ਹੈ। ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹੁੰਦਾ, ਸਮਾਪਤੀ ਕਰਾਂ। ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਦੇ 'ਚ ਲੈ ਜਾਣੀਆਂ ਪੈਣਗੀਆਂ। ਮਸਕੀਨ ਜੀ ਦਾ ਜ਼ਿਕਰ ਦਲਜੀਤ ਦੁਸਾਂਝ ਨੇ ਆਪਣੇ ਇੱਕ ਇੰਟਰਵਿਊ ਵਿੱਚ ਵੀ ਕੀਤਾ ਸੀ, ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਉਹ ਹਰ ਰੋਜ਼ ਮਸਕੀਨ ਜੀ ਨੂੰ ਸੁਣਦੇ ਹਨ। ਮੈਂ ਹਰ ਰੋਜ਼ ਸੰਤ ਮਸਕੀਨ ਜੀ ਕੋ ਸੁਣਦਾ ਹਾਂ, ਔਰ ਪਤਾ ਨਹੀਂ ਕਿਉਂ ਮੈਂ ਐਵਰੀ ਡੇ, ਮੈਂ ਰਾਤ ਕੋ ਸੋਤੇ ਸਮੇਂ ਵੀ ਸੰਤ ਮਸਕੀਨ ਜੀ ਕੋ ਸੁਣਤਾ ਹੂੰ, ਜਬ ਹਮ ਸੁਬਹ ਗਾੜੀ ਮੇਂ ਆਤੇ ਹੈ ਤਬ ਵੀ ਉਨਕੋ ਸੁਣਤਾ ਹੂੰ। ਸੋ ਦੋਸਤੋ, ਇਸ ਵੀਡੀਓ ਦੇ ਵਿੱਚ ਅਸੀਂ ਉਹਨਾਂ ਦੇ ਜੀਵਨ ਅਤੇ ਉਹਨਾਂ ਨਾਲ ਜੁੜੀਆਂ ਉਹ ਗੱਲਾਂ ਸਾਂਝੀਆਂ ਕਰਾਂਗੇ, ਜਿਨ੍ਹਾਂ ਨੂੰ ਸੁਣ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਉਹ ਕਿੰਨੇ ਵੱਡੇ ਮਹਾਂਪੁਰਸ਼ ਸਨ। 1934 ਦੇ ਵਿੱਚ ਸੰਤ ਮਸਕੀਨ ਜੀ ਦਾ ਜਨਮ ਲੱਕੀ ਮਰਬਾਤ ਬਾਨੋ ਜ਼ਿਲ੍ਹਾ ਪਾਕਿਸਤਾਨ ਵਿੱਚ ਹੋਇਆ। ਮਾਤਾ ਰਾਮ ਕੌਰ ਅਤੇ ਪਿਤਾ ਕਰਤਾਰ ਸਿੰਘ ਤੋਂ ਇਲਾਵਾ ਉਹਨਾਂ ਦੀ ਇੱਕ ਵੱਡੀ ਭੈਣ ਸੁਜਾਨ ਕੌਰ ਅਤੇ ਇੱਕ ਛੋਟਾ ਭਰਾ ਵੀ ਸੀ, ਪਰ ਉਹਨਾਂ ਦਾ ਇਹ ਛੋਟਾ ਭਰਾ ਚੇਚਕ ਦੀ ਬਿਮਾਰੀ ਦੇ ਕਾਰਨ ਛੋਟੀ ਉਮਰੇ ਹੀ ਇਸ ਦੁਨੀਆ ਤੋਂ ਅਲਵਿਦਾ ਲੈ ਗਿਆ। ਮਸਕੀਨ ਜੀ ਪੜ੍ਹਨ ਲਿਖਣ ਦੇ ਮਾਮਲੇ ਵਿੱਚ ਸ਼ੁਰੂ ਤੋਂ ਹੀ ਤੇਜ਼ ਸਨ। ਆਪਣੀ ਮੁੱਢਲੀ ਪੜ੍ਹਾਈ ਖਾਲਸਾ ਸਕੂਲ ਪਾਕਿਸਤਾਨ ਤੋਂ ਪੂਰੀ ਕਰ ਮਸਕੀਨ ਜੀ ਨੇ ਹਾਈ ਸਕੂਲ 'ਚ ਦਾਖਲਾ ਲਿਆ। ਹਾਈ ਸਕੂਲ ਵਿੱਚ ਪੜ੍ਹਦਿਆਂ ਉਹਨਾਂ ਨੇ 1947 ਦੇ ਦੌਰਾਨ ਹੋਈ ਦੇਸ਼ ਵੰਡ ਦੇ ਦਰਦ ਨੂੰ ਆਪਣੇ ਸੀਨੇ 'ਤੇ ਹੰਡਾਇਆ ਅਤੇ ਪਰਿਵਾਰ ਸਮੇਤ ਰਾਜਸਥਾਨ ਦੇ ਅਲਵਰ ਵਿੱਚ ਆ ਕੇ ਰਹਿਣ ਲੱਗ ਗਏ। ਅਲਵਰ ਵਿੱਚ ਰਹਿੰਦਿਆਂ ਉਹਨਾਂ ਨੇ ਆਪਣੀ ਪੜ੍ਹਾਈ ਫਿਰ ਤੋਂ ਸ਼ੁਰੂ ਕਰਨੀ ਚਾਹੀ, ਪਰ ਉਹਨਾਂ ਦਾ ਪੜ੍ਹਾਈ ਵਿੱਚ ਪਹਿਲਾਂ ਵਾਂਗ ਮਨ ਨਾ ਲੱਗਿਆ। ਪਾਕਿਸਤਾਨ ਵਿੱਚ ਰਹਿੰਦਿਆਂ ਉਹਨਾਂ ਦੀ ਪੜ੍ਹਾਈ ਉਰਦੂ ਅਤੇ ਫਾਰਸੀ ਵਿੱਚ ਸੀ, ਪਰ ਹੁਣ ਸਭ ਕੁਝ ਹਿੰਦੀ ਵਿੱਚ ਹੋਣ ਕਰਕੇ ਉਹਨਾਂ ਨੂੰ ਕੁਝ ਵੀ ਸਮਝ ਨਹੀਂ ਸੀ ਆਉਂਦਾ ਅਤੇ ਪੜ੍ਹਨ ਵਿੱਚ ਦਿੱਕਤ ਆਉਣ ਲੱਗੀ। ਘਰ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਸਨ, ਸੋ ਅਖੀਰ ਉਹਨਾਂ ਨੇ ਆਪਣੀ ਪੜ੍ਹਾਈ ਵਿੱਚ ਹੀ ਛੱਡ ਦਿੱਤੀ ਅਤੇ ਕੰਮ ਦੀ ਭਾਲ ਕਰਨ ਲੱਗੇ। ਉਹਨਾਂ ਨੂੰ ਨਾਲ ਦੇ ਹੀ ਸ਼ਹਿਰ ਫੈਕਟਰੀ ਦੇ ਵਿੱਚ ਪੈਕਿੰਗ ਦਾ ਕੰਮ ਵੀ ਮਿਲ ਗਿਆ। ਛੋਟੀ ਉਮਰੇ ਕੰਮ 'ਤੇ ਜਾਂਦਾ ਦੇਖ ਮਾਂ ਰਾਮ ਕੌਰ ਦੀਆਂ ਅੱਖਾਂ ਵਿੱਚ ਹੰਝੂ ਸਨ। ਇਸ ਫੈਕਟਰੀ ਵਿੱਚ ਸੰਤ ਜੀ ਨੇ 3 ਮਹੀਨੇ ਲਾਏ, ਪਰ ਉਹਨਾਂ ਦਾ ਮਨ ਨਾ ਟਿਕਿਆ ਅਤੇ ਉਹਨਾਂ ਨੇ ਕੰਮ ਛੱਡ ਦਿੱਤਾ। ਫੈਕਟਰੀ ਵਿੱਚੋਂ ਹਟ ਕੇ ਉਹਨਾਂ ਨੇ ਚਪੜਾਸੀ ਅਤੇ ਫਿਰ ਰੇਲਵੇ ਵਿੱਚ ਕੰਮ ਕੀਤਾ, ਪਰ ਕਿਤੇ ਵੀ ਉਹਨਾਂ ਦਾ ਮਨ ਨਾ ਟਿਕਿਆ। ਕਈ ਮਹੀਨੇ ਰੇਲਵੇ ਵਿੱਚ ਲਾਉਣ ਤੋਂ ਬਾਅਦ ਜਦ ਉਹ ਕੰਮ ਛੱਡ ਘਰ ਆਏ ਤਾਂ ਪਿਤਾ ਨੇ ਡਾਂਟਿਆ ਕਿ ਹੁਣ ਵਿਹਲਾ ਬੈਠਾ ਕੀ ਕਰੇਗਾ। ਇਸ ਤਰ੍ਹਾਂ ਸੰਤ ਜੀ ਦੇ ਮਨ ਵਿੱਚ ਭਵਿੱਖ ਨੂੰ ਲੈ ਕੇ ਬੇਚੈਨੀ ਵੱਧਦੀ ਗਈ ਅਤੇ ਉਹ ਘਰਦਿਆਂ ਨੂੰ ਬਿਨਾਂ ਦੱਸੇ ਜੇਬ ਵਿੱਚ ਸਿਰਫ 12 ਰੁਪਈਏ ਲੈ ਦਿੱਲੀ ਆ ਗਏ। ਉਹ ਥਾਂ ਥਾਂ 'ਤੇ ਗੁਰਦੁਆਰਿਆਂ 'ਚ ਜਾਂਦੇ ਅਤੇ ਫਿਰ ਇੱਕ ਥਾਂ ਮਨ ਨਾ ਟਿਕਦਾ ਅਤੇ ਅੱਗੇ ਚੱਲ ਪੈਂਦੇ। ਉਹ ਇਸ ਦੌਰਾਨ ਬੇਥਨਾਥ ਧਾਮ ਅਤੇ ਕਟਕਾ ਦੇ ਸਾਧੂਆਂ ਨਾਲ ਵੀ ਕਾਫ਼ੀ ਲੰਮਾ ਸਮਾਂ ਵਿਚਰੇ। ਬਨਾਰਸ 'ਚ ਰਹਿੰਦਿਆਂ ਉਹਨਾਂ ਦਾ ਮੇਲ ਗਿਆਨੀ ਬਲਵੰਤ ਸਿੰਘ ਜੀ ਨਾਲ ਹੋਇਆ, ਜਿਨ੍ਹਾਂ ਕੋਲੋਂ ਸੰਤ ਜੀ ਨੇ ਬ੍ਰਹਮ ਵਿੱਦਿਆ ਹਾਸਲ ਕੀਤੀ। ਗਿਆਨੀ ਬਲਵੰਤ ਸਿੰਘ ਜੀ ਪਾਸੋਂ ਸੰਤ ਜੀ ਨੇ ਗੁਰਬਾਣੀ ਵਿਆਕਰਨ ਵਿੱਚ ਮਹਾਰਤ ਹਾਸਲ ਕੀਤੀ ਅਤੇ ਕਥਾ ਕਰਨੀ ਸ਼ੁਰੂ ਕਰ ਦਿੱਤੀ। ਇੱਥੇ ਰਹਿੰਦਿਆਂ ਉਹਨਾਂ ਨੂੰ ਆਪਣੇ ਮਾਤਾ ਪਿਤਾ ਅਤੇ ਭੈਣ ਦੀ ਯਾਦ ਬੜੀ ਸਤਾਉਣ ਲੱਗੀ ਤਾਂ ਗਿਆਨੀ ਬਲਵੰਤ ਸਿੰਘ ਜੀ ਨੇ ਉਹਨਾਂ ਨੂੰ ਘਰ ਜਾਣ ਲਈ ਕਿਹਾ। ਸੰਤ ਜੀ ਜਦ ਕਈ ਸਾਲਾਂ ਬਾਅਦ ਘਰ ਵਾਪਸ ਅਲਬਰ ਪਰਤੇ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ ਅਤੇ ਭੈਣ ਵਿਆਹੀ ਗਈ ਸੀ। ਪਿਤਾ ਦੀ ਖਬਰ ਸੁਣ ਉਹਨਾਂ ਦੇ ਮਨ 'ਤੇ ਉਦਾਸੀ ਛਾ ਗਈ। ਉੱਧਰ ਦੂਜੇ ਪਾਸੇ ਪੁੱਤ ਨੂੰ ਕਈ ਸਾਲਾਂ ਬਾਅਦ ਦੇਖ ਮਾਂ ਦੀਆਂ ਅੱਖਾਂ ਵਿੱਚ ਹੰਝੂ ਸਨ। ਸੰਤ ਜੀ ਜਦ ਘਰ ਰਹੇ ਤਾਂ ਫਿਰ ਮਾਂ ਨੇ ਉਹਨਾਂ ਦੇ ਵਿਆਹ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਮਾਂ ਵਿਆਹ ਬਾਰੇ ਤਾਂ ਸੋਚ ਰਹੀ ਸੀ ਤਾਂ ਜੋ ਸੰਤ ਜੀ ਫਿਰ ਕਿਧਰੇ ਨਾ ਘਰ ਛੱਡ ਕੇ ਚਲੇ ਜਾਣ।
1957 के करीब संत जी का विआह बीबी सुंदर कौर जी नाल होया। उन्होंने गुरबाणी के प्रचार ते कथा के विचाले गृहस्थी जीवन नूं कदे भी रोड़ा नहीं सी बन दिता। 1960 के दौरान उन्होंने अपने ग्रह अलबर गुरमत समागमां की शुरुआत की। इन्हां गुरमत समागमां का इकट्ठ देखण वाला हुंदा सी। इस समागम विच देश विदेशां दे वख-वख इलाकियां तो लोग शामिल हुंदे सन। संत जी नूं इंग्लिश, पंजाबी, हिंदी, उर्दू अते फारसी भाषावां दा ज्ञान सी, जिस दी बदौलत वह अपनी कथा विचारां विच उर्दू ते फारसी दे बड़े सोहणे लफ़्ज़ वरत के संगतां नूं निहाल करदे सन। संत जी ने दसम ग्रंथ नूं बड़ी गहराई दे नाल जांचिया सी अते वह अपनी कथा विचार विच दसम ग्रंथ दा जिक्र जरूर करदे सन। मस्कीन जी उपर 1984 की घटना का बड़ा डूंघा प्रभाव पिया सी। उन्होंने खुद दस्या सी कि 1980 के दौरान लुधियाने के एक गुरद्वारे कलगीधर सिंह सभा विच उन्हां नूं एक पहुँचे हुए महापुरश ने कहा सी कि वह दरबार साहिब के सारे सरूप दिल्ली या फिर आनंदपुर साहिब भेज देण, क्योंकि आने वाले समय में बहुत कुछ माड़ा होने वाला है। उस वक्त कुछ भी अजिहा माहौल नहीं सी, पर बाद विच जो कुछ होया वो साडे सामने है। 1984 की घटना तो बाद संत जी नूं कई सालां तक अदालतां ते थाणियां दे हर रोज़ चक्कर लाउणे पैंदे सी। इसका कारण सी उन्हां दा कथा विचारां दे विच उस वक्त दी सरकार नूं निंदना, पर सरकार ये सब कुछ नहीं सी चाहुंदी कि वह अपनी आवाज़ थां थां ते जा के बुलंद करन। सिख होना साडा संत होना है, सिंह होना साडा सिपाही होना है। हजूर साहब के शस्त्रां की पूजा, आनंदपुर साहब के शस्त्रां की पूजा, पटने साहब के शस्त्रां की पूजा, सदियों तो असि शस्त्रां नूं मत्था टेकदे आए हां। तुसीं कबूल कर लिया, अज तुसीं कहिंदे शस्त्रां नाल गुरुद्वारा भ्रष्ट हो गया, ते तुसीं टैंक चाड़ के पवित्र कीता गुरुद्वारा, दरबार साहब पवित्र कीता। इसलिए उन्हां नूं पंजाब, यूपी अते कई होर थावां ते जाण तों बैन कर दिता गया। उन्हां उपर बेबुनियाद झूठे केस पा के उन्हां नूं दिल्ली विच ही रख्या गया। संत जी लई इह समां काफ़ी बुरा सी, क्योंकि वह आर्थिक पक्षों काफ़ी कमज़ोर हो चुके सन। उम्र ज़्यादा होण करके उन्हां नूं हर रोज़ थाने ते अदालत जाना बड़ा औखा लगता सी। इसे बुरे दौर दे विच कई साथी सिंघ भी उन्हां दा साथ छड्ड गए। सरकार बदली अते फिर जाके उन्हां नूं इन्हां झूठे केसां तों राहत मिली। इस तों बाद उन्हां ने राजनीति उपर टिप्पणी करनी छड्ड दित्ती। संत जरनैल सिंह भिंडरांवाले ते संत मस्कीन जी दे आपस विच बड़े चंगे संबंध सन। लेकिन बाबा खड़क सिंह और संत जरनैल सिंह इक सौ इक दमड़ा रख के दस्तार मैनू सरोपे दे रूप च देंदे सन। संत जरनैल सिंह मेरियां टेपां भी अक्सर दिन नूं सुनिया करदे सन, और कदी कदी बैठ के विचार वटांदरा भी करदे सन। संत जी श्री गुरु गोबिंद सिंह जी के प्रकाश दिवस से पटना साहिब विखे, श्री गुरु रामदास जी के प्रकाश पुरब अते दिवाली ते सिखां दे केंद्रीय धार्मिक स्थान सचखंड श्री हरिमंदर साहिब अमृतसर ते मंजी साहिब के दीवान हाल विच गुरबाणी की व्याख्या ते कथा लगातार 40 साल करते रहे। उन्होंने इस कार्य लई श्रोमणी गुरद्वारा प्रबंधक कमेटी तो कदे भी कोई भेट नहीं सी लई। जद उन्होंने बैन भी किया होया सी तद भी वह बिना डरे इस सेवा नूं निभाउंदे रहे सन। एक चंगे बुलारे होण दे नाल संत जी कलम दे धनी भी सन। उन्हां वल्लों कई किताबां जिवें कि गुरु चिंतन, जीवन झलकियां, ब्रह्म ज्ञान, ज्ञान दा सागर अते शब्द गुरु लिखियां गईयां सन। संत जी नूं सिख पंथ वल्लों पंथ रतन की उपाधि दे नाल भी नवाजा गया सी। अखीर 18 फरवरी 2005 नूं मस्कीन जी यूपी दे शहर इटावा विखे पंथ नूं सदीवी विछोड़ा दे गए। भावें मस्कीन जी अज दुनिया विच ना रहे, पर अज भी असीं उन्हां दीआं कथावां यूट्यूब जां किसे होर प्लेटफॉर्म दे थ्रू सुण सकदे हां। करन औजले की यह गल बिल्कुल सच्ची है कि जेकर तुसीं इकल्ले बह के संत जी की कथा सुनो तां तुहानूं उस रस की प्राप्ति हो सकती है जो तुसीं कदे सोचा भी ना होवे। सो दोस्तों, यह सी साडी अज दी वीडियो। जेकर वीडियो चंगी लगी तां वीडियो नूं लाइक अते चैनल नूं सबसक्राइब करना ना भुल्लिओ।